ताजा तरीन खबरों के लिए प्राइम न्यूज 24 को सब्सक्राइब करें और बेल आइकन का बटन दबाएं। गुरदासपुर के गांव झंडेचक में किराने की दुकान में कुछ पुलिस की वर्दी में और कुछ बिना वर्दी में आए लुटेरों ने अपने आप को पुलिस मुलाजिम बताकर पहले दुकान मालिक के पास से 50,000 रुपए लूटे और बाद में उनके घर में दाखिल होकर दुकान मालिक के पास से एक सोने की चैन, दो मोबाइल और घर में लगे सीसीटीवी कैमरे की हार्ड डिस्क तक लेकर फरार हो गए। नमस्कार, मैं खुशबू और आप देख रहे हैं प्राइम न्यूज 24 सच की आवाज। इस मौके पर दुकान मालिक ने बताया कि लुटेरों ने पुलिस मुलाजिम बताकर कोल्ड ड्रिंक की बोतल मांगी थी। जब उन्होंने कोल्ड ड्रिंक दी तो उनके ऊपर रिवाल्वर तान कर उनके पास से 50,000 रुपए, एक सोने की चैन, दो मोबाइल और सीसीटीवी कैमरे की हार्ड डिस्क तक लेकर फरार हो गए। उन्होंने बताया कि लुटेरों का जब पीछा किया तो उन्होंने गोली चलाने की कोशिश की, तभी उनका रिवाल्वर नीचे गिर गया। उधर मौके पर पहुंचे एसपी नवजोत सिंह ने मौके पर पहुंचकर घटना वाली जगह का जायजा लिया और पत्रकारों के साथ बातचीत करते हुए बताया कि कुछ हथियारबंद व्यक्तियों ने किरानों की दुकान पर लूट की है। लुटेरों का रिवाल्वर घटना वाली जगह पर गिर गया था, जिसको कब्जे में लेकर आगे की कार्यवाही शुरू कर दी गई है। प्राइम न्यूज 24 के लिए जतिंदर कुंडल की रिपोर्ट। ਵਾਪਰੇ ਕੋਈ ਕਹਾਣੀ ਕੀ ਵਾਪਰੀ ਆ? ਅਸੀਂ ਖਾਣਾ ਖਾ ਰਹੇ ਉੱਤੇ ਟੀ ਵੀ ਦੇਖ ਰਹੇ ਨਾਲ ਅਤੇ ਇਹਨਾਂ ਨੂੰ ਸ਼ਟਰ ਖੜਕਾਇਆ ਕਿਸੇ ਨੇ। ਉਹ 1-1.5 ਘੰਟਾ ਪਹਿਲਾਂ ਵੀ ਆਏ ਤੇ ਮੁਲਾਜ਼ਮ ਵੀ ਕਹਿੰਦੇ ਅਸੀਂ ਮੁਲਾਜ਼ਮ ਆ। ਮੈਂ ਬਾਹਰ ਆ ਕੇ ਦੇਖਿਆ, ਮੈਂ ਕਿਹਾ ਹਾਂਜੀ, ਕਹਿੰਦੇ ਅਸੀਂ ਮੁਲਾਜ਼ਮ ਉਹ ਉਹਨਾਂ ਸਾਨੂੰ ਕੋਲਡ ਡਰਿੰਕ ਚਾਹੀਦੀ ਸੀ, ਇੱਥੇ ਨਾਕਾ ਲਾਇਆ ਦਾ। ਵਰਦੀ ਜੀ? ਹਾਂਜੀ ਵਰਦੀ ਜੀ। ਕਿੰਨੇ ਵਜੇ ਦੀ ਗੱਲ ਹੈ ਜੀ? ਹੁਣੀ 9:30 ਦੀ 10 ਵਜੇ ਦੀ ਗੱਲ ਹੈ। ਅੱਛਾ, ਅਤੇ ਮੈਂ ਕਿਹਾ ਠੀਕ ਹੈ ਜੀ, ਮੈਂ ਦੇਣ ਆ ਗਿਆ। ਮੈਂ ਟਾਵਲ ਬੰਨਿਆ ਅਤੇ ਨੀਚੇ ਆ ਗਿਆ, ਮੈਂ ਸ਼ਟਰ ਖੋਲਿਆ ਕਿਉਂਕਿ ਅੰਦਰੋਂ ਰਸਤਾ ਆ। ਸ਼ਟਰ ਖੋਲਿਆ, ਉਹਨੇ ਕੋਲਡ ਡਰਿੰਕ ਵਗੈਰਾ ਕੱਢੀ, ਸੋਡਾ ਕੱਢਿਆ, ਕਿ ਇਹ ਚਾਹੀਦਾ, ਭੁਜੀਆ ਕੱਢਿਆ। ਅਤੇ ਪਹਿਲਾਂ ਇੱਕ ਬੰਦਾ ਆਇਆ ਕਿ ਇਹ ਚੀਜ਼ਾਂ ਚਾਹੀਦਾ, ਦੂਜੇ ਨੂੰ ਆਵਾਜ਼ ਮਾਰੀ ਦੇਈ ਪੈਸੇ, ਉਹਨੇ ਦੂਜੇ ਨੂੰ ਬੁਲਾਇਆ ਅਤੇ ਇਹਨਾਂ ਨੂੰ ਉਹਨੇ ਤੀਸਰੇ ਨੂੰ ਵੀ ਕਹਿ ਤਾ ਕਿ ਜੋ ਤੈਨੂੰ ਚਾਹੀਦਾ ਤੂੰ ਹੀ ਦੇਖ ਲਾ। ਉਹ ਤੀਸਰਾ ਬੰਦਾ ਵੀ ਆ ਗਿਆ, ਉਹਨੇ ਪਰਨੇ 'ਚ ਕੁਛ ਲਪੇਟਿਆ, ਮੈਂ ਉਦੋਂ ਸਮਝ ਗਿਆ ਕੁਛ ਗੜਬੜ ਹੈਗੀ। ਮੈਂ ਬੋਲਿਆ ਨਹੀਂ ਕਿਉਂਕਿ ਡਰ ਸੀ ਕਿ ਉਹਦੇ ਕੁਛ ਕਰ ਨਾ ਦੇ। ਇਹਨਾਂ ਨੂੰ ਕਹਿੰਦਾ ਕਿ ਦੂਸਰੇ ਬੰਦੇ ਨੇ ਉਹਨੇ ਹੱਥ ਜੇਬ 'ਚ ਹੱਥ ਪਾਇਆ ਕਿ ਪੈਸੇ ਕੱਢ, ਉਹਨੇ ਪੈਸੇ ਕੱਢਣ ਦੀ ਜਗ੍ਹਾ ਰਿਵਾਲਵਰ ਕੱਢ ਲਈ, ਰਿਵਾਲਵਰ ਕੱਢ ਕੇ ਮੇਰੇ 'ਤੇ ਰੱਖਤੀ ਅਤੇ ਮੈਨੂੰ ਕਹਿੰਦਾ ਜੋ ਹੈਗਾ ਕੱਢ ਦੇ। ਅਤੇ ਮੈਂ ਕਿਹਾ ਜੀ ਮੇਰੇ ਕੋਲ ਤਾਂ ਇੱਥੇ ਕੁਛ ਨਹੀਂ ਹੈਗਾ। ਅਤੇ ਉਹਨੇ ਪਹਿਲਾਂ ਚੈਨੀ ਖੋਈ, ਫਿਰ ਗੱਲਾਂ ਖੋਲਿਆ, ਗੱਲੇ 'ਚੋਂ ਪੈਸੇ ਕੱਢੇ, ਫਿਰ ਕਹਿੰਦਾ ਹੋਰ ਪੈਸੇ ਦੇ। ਮੈਂ ਕਿਹਾ ਹੋਰ ਪੈਸੇ ਨਹੀਂ ਹੈਗੇ, ਜੋ ਹੈਗਾ ਇਹੀ ਹੈ। ਫਿਰ ਉਹ ਕਹਿੰਦੇ ਕੈਮਰਾ ਲੱਗਿਆ, ਮੈਂ ਕਿਹਾ ਹਾਂਜੀ। ਇਹਦਾ ਡੀ ਵੀ ਆਰ ਕਿੱਥੇ? ਮੈਂ ਕਿਹਾ ਜੀ ਇੱਥੇ ਨਹੀਂ ਹੈਗਾ, ਘਰ ਆ। ਕਹਿੰਦਾ ਚੱਲ ਤੁਹਾਡੇ ਨਾਲ ਡੀ ਵੀ ਆਰ ਕਰਨਾ। ਮੈਂ ਕਿਹਾ ਘਰ ਨਹੀਂ ਜਾਣਾ, ਤੁਸੀਂ ਇੱਕ ਜਣਾ ਚੱਲਣਾ, ਚੱਲ ਚੱਲ ਪਓ ਜਾਂ ਮੈਂ ਲੈਣ ਨਾ। ਕਹਿੰਦਾ ਨਹੀਂ ਅਸੀਂ ਜਾਣਾ। ਉਹਨਾਂ ਨੇ ਮੈਨੂੰ ਚੱਲ ਪਏ, ਤਿੰਨੇ ਜਣੇ ਮੇਰੇ ਨਾਲ ਉੱਤੇ ਚੱਲ ਗਏ। ਨਹੀਂ ਮੈਂ ਨਹੀਂ, ਘਰ ਆ ਗਏ, ਪੌੜੀਆਂ ਚੜ੍ਹ ਕੇ ਕੋਠੇ ਆ ਗਏ ਨਾ, ਅੰਦਰੋਂ ਰਸਤਾ। ਅਤੇ ਘਰ ਆ ਗਏ ਤਿੰਨੇ ਜਣੇ, ਚੌਥਾ ਬੰਦਾ ਸ਼ਟਰ ਦੇ ਖੜ੍ਹੇ ਖੜ੍ਹਾ ਰਹਿ ਗਿਆ। ਤਿੰਨੇ ਜਣੇ ਆਏ ਅਤੇ ਮੈਂ ਡੀ ਵੀ ਆਰ ਖੋਲ੍ਹਣ ਲੱਗਾ ਅਤੇ ਉਹਨਾਂ ਨੇ ਪਾਪਾ ਦੇ ਰਿਵਾਲਵਰ ਵੱਡੀ ਰੱਖਤੀ ਅਤੇ ਕਹਿੰਦੇ ਜੋ ਹੈਗਾ ਦੇ ਦਿਓ। ਮੈਂ ਕਿਹਾ ਜੀ ਹੈਗਾ ਨਹੀਂ। ਅਤੇ ਫਿਰ ਉਹਨਾਂ ਨੇ ਦੂਸਰਾ ਕਮਰਾ ਸੀ ਉੱਥੇ ਵੜੇ, ਕਹਿੰਦੇ ਕੌਣ ਆ ਘਰ ਘਰ 'ਚ? ਮੈਂ ਕਿਹਾ ਜੀ ਮੈਂ, ਮੇਰੀ ਵਾਈਫ, ਮੇਰੇ ਮੰਮੀ ਪਾਪਾ, ਹੋਰ ਕੋਈ ਨਹੀਂ ਹੈਗਾ। ਅਤੇ ਉਹਨਾਂ ਨੇ ਮੇਰੀ ਮੈਡਮ ਨੂੰ ਕਹਿੰਦੇ ਕਿ ਜੋ ਹੈਗਾ ਕੱਢ ਦਿਉ। ਉਹਨਾਂ ਨੇ ਕਿਹਾ ਜੀ ਅਲਮਾਰੀ 'ਚ ਪੈਸੇ ਪਏ ਆ, ਕੱਢ ਲੈ ਲਓ। ਅਤੇ ਮੈਂ ਅੱਗੇ ਹੋ ਕੇ ਅਤੇ ਉਹਨਾਂ ਨੂੰ ਪਰਸ ਫੜਾਇਆ, ਉਹਦੇ 'ਚ 2,000 ਰੁਪਇਆ ਸੀ। ਅਤੇ ਉਹ ਕਹਿੰਦੇ ਕਿ ਉਹਨਾਂ ਨੇ ਮੇਰੇ ਚਪੇੜ ਮਾਰੀ ਕਿ ਨਹੀਂ ਤੂੰ ਹੈ, ਤੂੰ ਕੀ ਦੇ ਕਰਨਾ, ਪੈਸੇ ਹੋਰ ਦੇ। ਉੱਥੇ ਇੱਕ ਹੋਰ ਪਰਸ ਪਿਆ ਸੀ, ਉਹਦੇ 'ਚ 50-60 ਹਜ਼ਾਰ ਰੁਪਇਆ ਹੈਗਾ ਸੀ, ਉਹ ਉਹਨਾਂ ਨੇ ਲਿਆ। ਉਹਨਾਂ ਨੇ ਫਿਰ ਮੁੱਕਾ ਮਾਰਿਆ ਕਿ ਜੋ ਹੈਗਾ ਦੇ ਦੇ। ਮੈਂ ਕਿਹਾ ਹੋਰ ਨਹੀਂ ਹੈਗਾ। ਫਿਰ ਉਹਨਾਂ ਨੇ ਘਰ ਦੇਖਣਾ, ਉੱਧਰ ਦੇਖਿਆ, ਫਿਰ ਮੈਨੂੰ ਮੇਰੇ ਪਾਪਾ ਨੂੰ ਅਤੇ ਮਿਸਿਜ ਨੂੰ ਉਹਨਾਂ ਨੇ ਕਿਹਾ ਕਿ ਬਾਥਰੂਮ 'ਚ ਬੰਦ ਕਰਤਾ। ਉਹਨਾਂ ਨੂੰ ਕੁੰਡੀ ਨਹੀਂ ਲੱਗੀ, ਕਹਿੰਦੇ ਤੁਸੀਂ ਅੰਦਰੋਂ ਨਾ ਨਿਕਲਿਓ, ਅਸੀਂ ਚੱਲੇ। ਉਹਨਾਂ ਨੇ ਕੁੰਡੀ ਨਹੀਂ ਲੱਗੀ ਅਤੇ ਉਹਨਾਂ ਨੇ ਬੰਦ ਕੀਤਾ ਅਤੇ ਅਗਲੇ ਜਿੱਥੋਂ ਆਏ ਸੀ ਉੱਥੋਂ ਚੱਲ ਗਏ। ਉਹਨਾਂ ਨੂੰ ਲੱਗਾ ਕਿ ਇੱਕੋ ਰਸਤਾ ਹੈ, ਜਦਕਿ ਰਸਤੇ ਦੋ ਸੀ। ਦੂਸਰੇ ਰਸਤੇ ਆਪਾਂ ਨੀਚੇ ਉਤਰੇ ਅਤੇ ਮੈਂ ਵੱਡੇ ਭਾਈ ਨੂੰ ਆਵਾਜ਼ ਮਾਰ ਕੇ ਆਪਾਂ ਗੱਡੀ ਸਟਾਰਟ ਕੀਤੀ ਅਤੇ ਪਾਪਾ ਨੇ ਦੱਸਿਆ ਕਿ ਇੱਧਰ ਨੂੰ ਗਏ ਆ। ਪਾਪਾ ਅੱਗੇ ਆ ਗਏ, ਆਪਾਂ ਉਹਨਾਂ ਨੇ ਮਗਰ ਗੱਡੀ ਲਾਈ ਅਤੇ ਇੱਥੇ ਗੱਡੀ ਲੰਡਨ ਸਪਾਈਸ ਆ ਕੇ ਲਗਾਈ ਦੀ ਉਹਨਾਂ ਨੇ। ਅਤੇ ਆਪਾਂ ਪਿੱਛੋਂ ਦੇਖਿਆ ਚੜ੍ਹੇ ਕਰਦੇ ਗੱਡੀ 'ਚ, ਇੱਕ ਬੰਦਾ ਚੜ੍ਹ ਗਿਆ, 3 ਪਿੱਛੇ ਹੋਰ ਸੀ, ਅਤੇ ਇੱਕ ਜਿਹੜਾ ਯੂਨੀਫੋਰਮ 'ਚ ਸੀ ਉਹ ਹਜੇ ਚੜ੍ਹਨ ਲੱਗਾ ਸੀ ਅਤੇ ਮੈਂ ਪਿੱਛੋਂ ਗੱਡੀ ਲਿਆ ਕੇ ਉਹਦੇ ਲੱਤਾਂ 'ਚ ਮਾਰੀ, ਨਾਲ ਹੀ ਗੱਡੀ ਉਹਦੇ ਅੱਗੇ ਗੱਡੀ ਸੀ ਉਹਦੇ 'ਚ ਵੀ ਵੱਜ ਗਈ। ਜਿਹਨੇ ਵਰਦੀ ਵੱਜਦੀ ਉਹ ਸਾਈਡ 'ਤੇ ਡਿੱਗਿਆ, ਉਹਦੇ ਹੱਥੋਂ ਰਿਵਾਲਵਰ ਵੀ ਡਿੱਗ ਗਈ। ਮੈਂ ਗੱਡੀ 'ਚ ਉਤਰਿਆ, ਮੁੰਡਾ ਸੀ, ਦੋ ਮੁੰਡੇ ਪਿੰਡ ਦੇ ਬਿਠਾਏ, ਵੱਡਾ ਭਾਈ, ਵੱਡੇ ਭਾਈ ਨੇ ਗੱਡੀ ਦੀ ਉਹਨਾਂ ਦੀ ਗੱਡੀ ਦੀ ਹੈਂਡ ਬ੍ਰੇਕ ਖਿੱਚ ਲਈ ਅਤੇ ਦੂਸਰੇ ਮੁੰਡੇ ਸੀ ਉਹ ਸਾਈਡ 'ਤੇ ਹੋ ਗਏ। ਮੈਂ ਜਿਹਦੀ ਲੱਤ ਟੁੱਟੀ ਉਹਦੀ ਯੂਨੀਫੋਰਮ ਤੋਂ ਫੜ ਕੇ ਉਹਨੂੰ ਸਾਈਡ 'ਤੇ ਖਿੱਚਿਆ। ਇਹਨਾਂ ਨੂੰ ਜਿਹੜਾ ਇੱਕ ਹੋਰ ਬੰਦਾ ਸੀ ਗੱਡੀ 'ਚ, ਉਹਨੇ ਰਿਵਾਲਵਰ ਕੱਢੀ ਅਤੇ ਉਹ ਨਾ ਗੱਡੀ 'ਚ ਉਹ ਲੋਡ ਕਰਨ ਲੱਗਾ। ਉਹ ਕਹਿੰਦਾ ਗੋਲੀ ਮਾਰ ਦੇ, ਅਤੇ ਮੈਂ ਉਹਨੂੰ ਨਾਲ ਹੀ ਛੱਡਤਾ। ਮੈਂ ਕਿਹਾ ਕਿਉਂ, ਗੋਲੀ ਖਾਣ ਨਾਲੋਂ ਚੰਗਾ ਮੈਂ ਛੱਡ ਵੀ ਦਿੰਦਾ। ਅਤੇ ਮੈਂ ਉਹਨੂੰ ਛੱਡਤਾ ਅਤੇ ਮੈਂ ਘਟਨਾ ਵਾਪਰੀ, ਤੁਸੀਂ ਘਰ ਸੀਗੇ? ਹਾਂਜੀ। ਕੀ ਹੋਇਆ, ਕੀ ਸੀਗਾ?
ਮੇਰੇ ਹਸਬੰਡ ਨੂੰ ਅੰਦਰ ਲੈ ਕੇ ਆ ਗਏ ਤੇ ਕਹਿੰਦੇ ਪੈਸੇ ਦੋ ਜਿਹੜੇ ਵੀ ਹੈਗੇ ਆ ਤੁਹਾਡੇ ਕੋਲ ਮੈਂ ਕਿਹਾ ਕੋਈ ਨਹੀਂ ਪੈਸੇ ਕਹਿੰਦੇ ਤੂੰ ਆਪਣਾ ਬੰਦਾ ਬਚਾਉਣਾ ਜਾਂ ਨਹੀਂ ਬਚਾਉਣਾ ਮੈਂ ਕਿਹਾ ਸਾਡੇ ਕੋਲ ਪੈਸੇ ਹੈ ਹੀ ਨਹੀਂ ਹੈ ਕਹਿੰਦੇ ਦੱਸੋ ਇਹਨਾਂ ਨੇ ਪਰਸ ਕੱਢ ਕੇ ਫਿਰ ਫੜਾ ਤਾ ਕਹਿੰਦੇ ਹੋਰ ਦੱਸੋ ਕਿੱਥੇ ਕਿੱਥੇ ਹੈ ਮੈਂ ਕਿਹਾ ਹੋਰ ਕਿਤੇ ਨਹੀਂ ਹੈ ਕਹਿੰਦੇ ਘਰ ਦੇ ਵਿੱਚ ਕੌਣ ਕੌਣ ਹੈ ਹੋਰ ਤੇ ਮੈਂ ਕਿਹਾ ਹੋਰ ਕੋਈ ਵੀ ਨਹੀਂ ਹੈਗਾ ਘਰ ਦੇ ਵਿੱਚ ਅਸੀਂ ਹਾਂ ਬਸ ਹੈ ਜਾਣ ਵੇਲੇ ਕਹਿੰਦੇ ਕਿ ਹੁਣ ਦੱਸੋ ਅਸੀਂ ਕਿੱਧਰੋਂ ਜਾਈਏ ਫਿਰ ਕਹਿੰਦੇ ਆਪਾਂ ਤੁਹਾਨੂੰ ਅੰਦਰ ਡੱਕਣਾ ਹੈਗਾ ਸਾਨੂੰ ਬਾਥਰੂਮ ਦੇ ਵਿੱਚ ਬੰਦ ਕਰਕੇ ਬਾਥਰੂਮ ਦੀ ਉਹਨਾਂ ਕੋਲ ਕੁੰਡੀ ਨਹੀਂ ਬਾਹਰੋਂ ਲੱਗੀ ਨਾਲ ਹੀ ਉਹਨਾਂ ਕੋਲ ਕੁੰਡੀ ਲਾਓ ਫਟਾਫਟ ਦੌੜਨ ਦੀ ਉਹਨਾਂ ਨੇ ਕੀਤੀ ਫਿਰ ਆਪਾਂ ਬਾਹਰ ਨਿਕਲੇ ਫਿਰ ਪਾਪਾ ਨੇ ਰੌਲਾ ਪਾਇਆ ਕਿ ਚੋਰ ਆਏ ਆ ਤੁਹਾਡੇ ਕੈਸ਼ ਤੋਂ ਇਲਾਵਾ ਕੋਈ ਗੋਲਡ ਵਗੈਰਾ ਵੀ ਉਹਨਾਂ ਨੇ ਡਿਮਾਂਡ ਕੀਤੀ ਕੋਈ ਮੰਗਿਆ ਜਾਂ ਲੈ ਗਈ ਨਹੀਂ ਨਹੀਂ ਕੈਸ਼ ਕਹਿੰਦੇ ਪੈਸੇ ਦੋ ਪੈਸੇ ਦੋ ਪੈਸੇ ਦੋ ਬਸ ਹੋਰ ਕੋਈ ਗੋਲਡ ਵਗੈਰਾ ਨਹੀਂ ਕਿਹਾ ਤੁਹਾਨੂੰ ਨਹੀਂ ਗੋਲਡ ਉਹਦੇ ਚ ਬੇਟ ਮਾਰਨ ਦੀ ਕੋਸ਼ਿਸ਼ ਮਾਰੀ ਅਸਰ ਉਹਨਾਂ ਨੇ ਮੇਰੇ ਹਸਬੰਡ ਨੂੰ ਚਪੇੜ ਮਾਰੀ ਆ ਕਹਿੰਦੇ ਗੋਲੀ ਮਾਰ ਦੇਣੀ ਆ ਮੈਂ ਤਾਂ ਸਾਡੇ ਕਬਜ਼ੇ ਚ ਹੈਗਾ ਜੀ ਵੈਪਨ ਆਪਾਂ ਓਥੋਂ ਹੀ ਅੱਗੇ ਚੱਲਾਂਗੇ ਇਹਨਾਂ ਨੇ ਕਿਹਾ ਕਿ 50,000 ਰੁਪਏ ਦਾ ਨੁਕਸਾਨ ਹੈਗਾ ਨਹੀਂ ਕੁਛ ਏਦਾਂ ਦੀ ਕੋਈ ਗੱਲ ਨਹੀਂ ਦੱਸੀ।